हेलो फ्रेंड्स, दिस इज गुरप्रीत सिंह फ्रॉम वीजा गो स्टडी अब्रॉड सेक्टर 17 चंडीगढ़। कैनेडा वीजा ते बहुत ही इंपॉर्टेंट ओथेंटिक इनफॉरमेशन वाली वीडियो स्टूडेंट्स आप लेके आए हैं। पीपीआर की टाइमलाइन ते गल करांगे, किन्ना लॉजमेंट्स के रिजल्ट्स आ रहे हैं और किवें दे आ रहे हैं। स्टडी वीजा, विजिटर वीजा और स्पाउस वीजा लिए भी बहुत ज़्यादा इंपॉर्टेंट वीडियो आ, जिन्होंने ये केसिस स्पाउस अप्लाई किए हुए ओपन वर्क परमिट। दैन आप गल करांगे विदाउट आईलस तुसीं किवें जा सकते हो, कैनेडा दा वीजा किवें अप्लाई कर सकते हो। तो काफ़ी ज़्यादा इनफॉर्मेटिव वीडियो आ, मेरी रिक्वेस्ट है इस वीडियो नू लाइक शेयर इस चैनल नू जरूर कराया करो, ताकि फ्रेंड्स एक मोटीवेशन बनी रहे, इस तरह ही तुहाडे लई अवेयरनैस वाली टाइम टू टाइम वीडियोज़ लैके आउंदे रहिए। तो सब तो पहला आप ट्रैवल अपडेट ते गल करांगे कि 28 फेब तो बाद किसी भी तरह के कोविड टैसट की लोड़ नहीं होएगी। तुसी सिर्फ डबल डोजिज तुहाडे लगियां होनियां चाहीदियां कोविड दियां, तां तुसी जिहड़ा ट्रैवल कर सकदे हो। ये एक बहुत ही वड्डा पॉजिटिव साइन आ कि एक बहुत समूथ जिहड़ा ट्रैवल जिहड़ा रिस्ट्रिक्शनस आ वो खत्म हो रही है और बहुत ही समूथ प्रोसैस हो रहा ट्रैवल का। इस दे नाल ही पीपीआर का भी कितने ना कितने जिहड़ा एक कनैक्शन आ वो अटैच आ। ਤਾਂ ਉਹ ਸਟੂਡੈਂਟਸ ਕਿਵੇਂ ਕਿ ਪੀਪੀਆਰ ਜਿਵੇਂ ਹੀ ਇਹ ਅਨਾਊਂਸਮੈਂਟ ਹੋਈ ਕਿ 28 ਤੋਂ ਬਾਅਦ ਟਰੈਵਲ ਦੇ ਵਿੱਚ ਤੁਹਾਨੂੰ ਨਹੀਂ ਲੋੜ ਪੈਗੀ ਕੋਵਿਡ ਦੀ, ਤਾਂ ਪੀਪੀਆਰ ਦਾ ਸਮੂਥ ਕਾਫੀ ਪ੍ਰੋਸੈਸ ਕਰ ਦਿੱਤਾ ਗਿਆ, ਮਤਲਬ ਪੀਪੀਆਰ ਕਾਫੀ ਆ ਰਹੀ ਆ। ਸਟੂਡੈਂਟਸ ਅਗਰ ਤੁਸੀਂ ਨਵੰਬਰ ਦੀ ਲੌਜਮੈਂਟ ਆ ਤੁਹਾਡੀ, ਤਾਂ ਤੁਸੀਂ ਐਕਸਪੈਕਟ ਕਰ ਸਕਦੇ ਹੋ ਕਿ 10 ਕੁ ਮਾਰਚ ਤੱਕ ਨਵੰਬਰ ਕਲੀਅਰ ਹੋ ਜਾਏਗਾ ਆਲਮੋਸਟ, ਮਤਲਬ ਦਸੰਬਰ 20 ਮਾਰਚ ਮਿਡ ਤੱਕ ਜਿਹੜਾ ਸਟਾਰਟ ਹੋਣ ਦੇ ਕਾਫੀ ਜ਼ਿਆਦਾ ਚਾਂਸਿਸ ਆ, ਐਕਸਪੈਕਟੇਸ਼ਨਸ ਆ। ਤਾਂ ਪੋਜ਼ਿਟਿਵ ਰਿਜ਼ਲਟ ਆ ਰਹੇ ਆ ਸਟੱਡੀ ਵੀਜ਼ਾ ਵਾਲਿਆਂ ਦੇ। ਇਸ ਦੇ ਨਾਲ ਹੀ ਨੌਨ SDS 5.5 ਬਹੁਤ ਹੀ ਇੰਪੋਰਟੈਂਟ ਔਰ ਗੁੱਡ ਨਿਊਜ਼ ਉਹਨਾਂ ਸਟੂਡੈਂਟਸ ਲਈ ਆ ਜਿਨ੍ਹਾਂ ਨੇ ਨੌਨ SDS ਕੇਸਿਸ ਅਪਲਾਈ ਕੀਤੇ ਹੋਏ ਆ, ਜਿਨ੍ਹਾਂ ਦੇ 5.5-1 ਦੇ ਵਿੱਚੋਂ ਆ, ਜਾਂ PTE ਬੇਸਡ ਜਿਨ੍ਹਾਂ ਨੇ ਆਪਣੇ ਕੇਸਿਸ ਸਟੱਡੀ ਅਪਲਾਈ ਕੀਤੇ ਆ। ਤਾਂ 5.5 ਦੇ ਵਿੱਚੋਂ ਮੈਂ 4-5 ਕੇਸ ਵੀਜ਼ੇ ਲੱਗੇ ਦੇਖ ਚੁੱਕਿਆ ਪਿਛਲੇ 10 ਦਿਨ ਦੇ ਵਿੱਚ। 1-5 ਤੇ ਵੀ ਵੀਜ਼ਾ ਦੇਣਾ ਕੈਨੇਡਾ ਨੇ ਸਟਾਰਟ ਕਰਤਾ, ਜਿਵੇਂ ਕਿ ਆਪਾਂ ਨੂੰ ਪਤਾ ਕਿ ਨੌਨ SDS ਨੂੰ ਉਹ ਅਵਾਇਡ ਕਰ ਰਿਹਾ ਸੀ, ਰਿਫਿਊਜ਼ ਕਰ ਰਿਹਾ ਸੀ, ਬਟ ਹੁਣ ਕਾਫੀ ਅੱਛਾ ਸਕਸੈਸ ਰੇਟ 5.5 ਦਾ ਚੱਲ ਰਿਹਾ ਫਰੈਂਡਸ। ਇਸੇ ਤਰ੍ਹਾਂ ਆਪਾਂ ਵਿਜ਼ਟਰ ਵੀਜ਼ਾ ਤੇ ਗੱਲ ਕਰਾਂਗੇ। ਫਰੈਂਡਸ ਅਗਰ ਤੁਹਾਡੇ ਫੈਮਿਲੀ ਟਾਈਸ ਅੱਛੇ ਆ, ਕਾਫੀ ਵਧੀਆ ਤੁਹਾਡੀ ਕਵਰਿੰਗ ਲੈਟਰ ਬਣੀ ਆ, ਫੰਡਸ ਸ਼ੋਅ ਕਰਵਾਏ ਹੋਏ ਆ, ਤਾਂ ਹੋਟਲ ਬੁਕਿੰਗ ਤੇ ਵੀ ਵਿਜ਼ਟਰ ਵੀਜ਼ਾਸ ਲੱਗ ਰਹੇ ਆ। ਬਹੁਤ ਹੀ ਜ਼ਿਆਦਾ ਸਮੂਥ ਪ੍ਰੋਸੈਸ ਚੱਲ ਰਿਹਾ। ਨਿਊ GCKEY ਤੋਂ ਤੁਸੀਂ ਅਗਰ ਆਪਣੀ ਫਾਈਲ ਲੌਜ ਕਰਦੇ ਹੋ ਤਾਂ ਵਿਦਇਨ 20-25 ਡੇਜ਼ ਤੁਹਾਡਾ ਜਿਹੜਾ ਉਹ ਰਿਜ਼ਲਟ ਆ ਉਹ ਆ ਜਾਂਦਾ। ਬਟ ਧਿਆਨ ਰੱਖੇ ਕਿ ਤੁਹਾਡੀ ਫਾਈਲ ਜੈਨੂਅਨ ਹੀ ਬਿਨਾਂ ਕਿਸੇ ਫੇਕ ਡਾਕੂਮੈਂਟ ਤੇ ਕੀਤੀ ਜਾਵੇ, ਬਿਲਕੁਲ ਜੈਨੂਅਨ ਡਾਕੂਮੈਂਟਸ ਲੱਗੇ ਹੋਣ, ਤਾਂ ਹੀ ਤੁਹਾਡਾ ਜਿਹੜਾ ਵਿਜ਼ਟਰ ਵੀਜ਼ਾ ਹੋਣ ਦੇ ਚਾਂਸਿਸ ਹੁੰਦੇ ਆ। ਦੈਨ ਆਪਾਂ ਸਪਾਊਸ ਵੀਜ਼ਾ ਦੀ ਗੱਲ ਕਰਦੇ ਹਾਂ। ਫਰੈਂਡਸ ਕਾਫੀ ਜ਼ਿਆਦਾ ਇੰਪੋਰਟੈਂਟ ਇਹ ਸਪਾਊਸ ਵੀਜ਼ਾ ਵਾਲਿਆਂ ਲਈ ਵੀਡੀਓ ਆ ਕਿ ਜਿਹੜੇ ਸਪਾਊਸ ਜਿਵੇਂ ਇੱਧਰ ਹਸਬੈਂਡ ਆ ਵਾਈਫ ਕੈਨੇਡਾ ਦੇ ਵਿੱਚ ਆ, ਉਹਨਾਂ ਦਾ ਜੋ ਵੀ ਸਟੇਟਸ ਆ, ਹੁਣ ਕਈਆਂ ਨੂੰ 2 ਸਾਲ ਹੋ ਗਏ ਆ ਕੇਸ ਫਾਈਲ ਲੱਗੀ ਨੂੰ, ਵਾਈਫ ਦਾ ਸਟੇਟਸ ਜਾਂ ਹਸਬੈਂਡ ਦਾ ਸਟੇਟਸ ਕੈਨੇਡਾ ਦੇ ਵਿੱਚ ਚੇਂਜ ਹੋ ਰਿਹਾ, ਤਾਂ ਉਹਨਾਂ ਨੂੰ ਮੇਰੀ ਰਿਕੁਐਸਟ ਆ ਕਿ ਉਹ ਵੈਬ ਫਾਰਮ ਰਾਹੀਂ ਜ਼ਰੂਰ ਅਪਡੇਟ ਕਰਨ ਆਪਣੇ ਸਪਾਊਸ ਦਾ ਸਟੇਟਸ, ਜਿਵੇਂ ਅਗਰ ਵਰਕ ਪਰਮਿਟ ਤੇ ਸੈਲਰੀ ਸਲਿਪਸ ਜਾਂ ਕੋਈ ਵੀ ਪ੍ਰੂਫ ਲਗਾਉਣ, ਮਤਲਬ ਆਪਣਾ ਬੋਨਾਫਾਈਡ ਹੋਣ ਦਾ ਉਹ ਸਬੂਤ ਦੇਣ ਕਿ ਅਸੀਂ ਜੈਨੂਅਨ ਆ ਬਿਲਕੁਲ। ਇਸ ਦਾ ਬਹੁਤ ਅੱਛਾ ਰਿਜ਼ਲਟ ਆ ਰਿਹਾ, ਅਸੀਂ ਪ੍ਰੈਕਟੀਕਲ ਕਰ ਚੁੱਕੇ ਹਾਂ, ਤਾਂ ਜ਼ਰੂਰ ਅੰਬੈਸੀ ਨੂੰ ਵਾਇਆ ਵੈਬ ਫਾਰਮ ਇਨਫੋਰਮ ਕਰੋ ਕਿ ਤੁਹਾਡੇ ਸਪਾਊਸ ਦਾ ਹੁਣ ਇਮੀਗ੍ਰੇਸ਼ਨ ਸਟੇਟਸ ਕੀ ਆ। ਦੈਨ ਫਰੈਂਡਸ ਆਪਾਂ ਕਲੋਜ਼ ਵਰਕ ਪਰਮਿਟ ਤੇ ਗੱਲ ਕਰਾਂਗੇ। ਇਹ ਮਾਰਚ ਲਾਸਟ ਤੱਕ ਕਲੋਜ਼ ਵਰਕ ਪਰਮਿਟ ਆ, ਜਿਹਨਾਂ ਨੇ ਲੀਮੀਆ ਬੇਸਡ ਕੇਸਿਸ ਕੀਤੇ ਹੋਏ ਆ ਸਹੀ ਢੰਗ ਨਾਲ, ਉਹਨਾਂ ਦੇ ਮਾਰਚ ਲਾਸਟ ਤੱਕ ਜਿਹੜੇ ਵੀਜ਼ਾਸ ਆ ਸਕਦੇ ਆ। ਤਾਂ ਫਰੈਂਡਸ ਹੁਣ ਆਪਾਂ ਗੱਲ ਕਰਾਂਗੇ ਵਿਦਆਊਟ ਆਈਲਸ ਕੈਨੇਡਾ ਦਾ ਸਟੱਡੀ ਵੀਜ਼ਾ ਕਿਵੇਂ ਅਪਲਾਈ ਕਰ ਸਕਦੇ ਹੋ। ਫਰੈਂਡਸ ਇੱਕ ਨਵਾਂ ਜਿਹੜਾ ਟੈਸਟ ਆ ਉਹ ਡਿਜ਼ਾਈਨ ਕੀਤਾ ਗਿਆ ਕੈਨੇਡਾ ਦੇ ਦੁਆਰਾ, ਸੈਲਪਿਪ ਕਹਿ ਰਹੇ ਆ ਇਸ ਨੂੰ। ਸੈਲਪਿਪ ਦਾ ਇੱਕ ਜਿਵੇਂ ਆਈਲਸ ਆ, PTE ਆ, ਟੋਫਲ ਆ, ਉਵੇਂ ਹੀ ਸੈਲਪਿਪ ਦਾ ਜਿਹੜਾ ਟੈਸਟ ਆ ਉਹ ਡਿਜ਼ਾਈਨ ਕੀਤਾ ਗਿਆ। ਇਸ ਦੀ ਫੁੱਲ ਫੋਰਮ ਹੈਗੀ ਕੈਨੇਡੀਅਨ ਇੰਗਲਿਸ਼ ਲੈਂਗੁਏਜ ਪ੍ਰੋਫੀਸੈਂਸੀ ਇੰਡੈਕਸ ਪ੍ਰੋਗਰਾਮ, ਔਰ ਇਸ ਦਾ ਕਾਫੀ ਅੱਛਾ ਸਕਸੈਸ ਰੇਟ ਆ। 2 ਕੇਸ ਅਸੀਂ ਦੇਖ ਚੁੱਕੇ ਹਾਂ ਜਿਹਦੇ ਵਿੱਚ ਵੀਜ਼ਾ ਹੈ ਬੱਚਿਆਂ ਦੇ, 6-7 ਵਾਰ ਜਿਨ੍ਹਾਂ ਨੇ ਆਈਲਸ ਕੀਤੀ ਸੀ ਬਟ ਨਹੀਂ ਕਲੀਅਰ ਹੋਈ, ਉਹਨਾਂ ਨੇ ਸੈਲਪਿਪ ਕੀਤੀ ਔਰ ਉਹਨਾਂ ਦਾ ਵੀਜ਼ਾ ਆਇਆ।
काफ़ी तुसी आने वाले टाइम के देखोगे दो चार छे महीने तक सैल्प हिप काफ़ी ज़्यादा प्रमोट होगा क्योंकि इसका सक्सैस रेट काफ़ी अच्छा देखने मिल रहा। बेसिक जी नॉलेज मैं दे देना तुहानू, इहदे 12 पॉइंट्स हुंदे आ, 12 पॉइंट कंप्यूटराइज यह टैसट आ, होम एडिशन भी आ, तुसी सेंटर दे विच जाके भी दे सकदे हो, चंडीगढ़ अवेलेबल आ, बुक कर सकते हो। 10,800 इसकी फीस आ और 4 मोड्यूल्स आ, हालांकि इसके सैगमेंट्स 8 आ हर मोड्यूल दे विच, पर 4 मोड्यूल्स आ जिवें आईलस दे आ, मतलब काफ़ी ईजी टैसट आ। इस दे विच सब तो वड्डी गल फ्रेंड्स के जिहड़े कॉलेजेस और यूनिवर्सिटीज़ आ जिन्हां दे विच रिक्वायरमेंट च सैल्प हिप है नहीं, अगर तुसी उत्थे भी अपनी एडमिशन पाउंदे हो तां ज़्यादा चांसिस आ कि यूनिवर्सिटीज और कॉलेज तुहानू ऑफर लैटर दे दिंदे आ। और इसका जिहड़ा नॉन SDS कैटागरी विच फ्रेंड्स ये सैल्प हिप का जिहड़ा केस जांदे आ, और इसका काफ़ी अच्छा सक्सैस रेट आ क्योंकि बहुत घट सैल्प हिप ते हजे जिहड़े स्टूडेंट आ ट्राई कर रहे हैं, ज़्यादातर बाहरलियां आउट ऑफ स्टेट्स के विचों ही इस जिहड़े टैसट नूं क्लीयर करके वीज़ा लिया जा रहा। तो यह PR लई भी अक्सैप्टड आ फ्रेंड्स, अगर तुहाडे तो नहीं आईलस हो रही, 777-8 बैंड चाहिए आ, नहीं आ रहे तो तुसीं सैल्प हिप करके भी अपना PR दा जिहड़ा अपलाई कर सकते हो। तो जिन्होंने 2-4-10 वारी आईलस का टैसट दिता नहीं वो क्लीयर हो रहा, तो उन्होंने लिए एक बहुत वड्डी गोल्डन अपरचुनिटी है कि सैल्प हिप ट्राई कर, बहुत ईजी आ और वैलिड आ वीज़ा ऑफिसर वालों IRCC वालों। तो फ्रेंड्स अज की वीडियो इन्ना ही, होर किसी भी तरह की तुम्हें जानकारी चाहिए, इनफोरमेसन चाहिए आ, डिस्क्रिप्शन के WhatsApp ग्रुप का लिंक जिहड़ा वो मैं मैनशन कर दिता हुआ, तुसी उसनू ज्वाइन कर लो, मैनू परसनली WhatsApp ते कॉन्टैक्ट कर सकते हो किसी भी तरह की ज़्यादा जानकारी चाहिए है। तो फ्रेंड्स इन्ना टाइम देने दे लई फॉर योर लव एंड रिस्पैक्ट, थैंक यू, धन्यवाद।